ਦੇਖਿਆ ਤੂੰ ਏ ਆਪਾਂ ਇੱਥੇ ਆਏ ਹਨਾ, ਸਾਰੇ ਪਲਾਟੀ ਦੇ ਪਏ ਆ, ਪਲਾਟੀ ਜਾਂ ਐਨ ਵਨ ਯੂਨੀਵਰਸਿਟੀ ਆ, ਕਾਲਜ ਪਰਲੇ ਪਾਸੇ ਆ, ਡੱਬਾਲੀ ਰੋਡ ਤੇ, ਠੀਕ ਹੈ। ਤੇ ਆ ਸਾਡਾ ਫੌਜੀ ਸਾਹਿਬ, ਜਦੋਂ ਦਾ ਆਇਆ ਗੱਡੀ ਬੱਸਾਂ ਹੀ ਜਾਂਦੀ ਆ, ਇਹ ਖੜਨ ਦਾ ਨਾਂ ਨਹੀਂ ਲੈਂਦੀ। ਹਾਂ, ਅੱਜ ਮੁੰਡਿਆਂ ਨੇ ਪਾਉਣੇ ਆ ਟਾਇਰ, ਇਹਦੇ ਮੂਹਰਲੇ ਪਾਉਣੇ ਆ ਬਈ, ਚਾਰੇ, ਠੀਕ ਆ ਬਈ, ਨਾਲ ਦੇਖਦੇ ਹਾਂ ਪਾਵਾਂਗੇ ਇਹਦੇ ਟਾਇਰ, ਅਤੇ ਦੇਖਦੇ ਹਾਂ ਬਾਕੀ ਕੀ ਕੁਛ ਕਰਦੇ ਹਾਂ। ਚਲੋ ਬਠਿੰਡੇ ਆ ਗਏ ਆਪਾਂ, ਅਤੇ ਮਿਲਦੇ ਹਾਂ ਅੱਗੇ। ਸਟੇਡੀਅਮ ਵਾਲਾ ਪਸੰਦ ਆ, ਰੇਟ ਤਾਂ ਇੱਕੋ ਜਿਹਾ ਹੀ ਹੋਊਗਾ ਯਾਰ, ਵਾਇਰਲ ਤਾਂ ਚੱਲ। ਦੇਖੋ ਬਾਈ ਸੋਸ਼ਲ ਮੀਡੀਆ ਤੇ ਆ ਜਾਂਦੇ ਦੇਖ ਕੇ ਆਏ ਆ, ਬਿਗ ਮੈਨ ਜ਼ੋਨ ਇਹ ਹੈਗਾ ਜੀ ਆਪਣੇ 100 ਫੁੱਟੀ ਦੇ। ਪਰ ਇਹਦਾ 14 ਨੰਬਰ ਆ ਸਰ, 14-35। ਲੋਹੇ ਤਾਂ ਬਹੁਤ ਘੈਂਟ ਪਿਆ ਬਈ ਇਹਨਾਂ ਕੋਲ, ਸਰਾ ਗੱਲਬਾਤ ਆ ਜਮਾਂ, ਭਰੀ ਪਈ ਆ ਦੁਕਾਨ। ਬੋਲੋ ₹3,300 ਦਾ ਹੈ। ₹3,600 ਆ, 53 ਦਸੰਬਰ ਦਾ ਬਣਿਆ ਟਾਇਰ ਇਹ, ਸਹੀ ਆ।
200 ਰੁਪਏ ਵਿੱਚ ਵਧੀਆ ਲੱਗੂ ਚੌੜਾ ਬਈ। ਇਹਦੇ ਨਾਲ ਮੈਂ ਦੱਸ ਦਿੰਦਾ ਮਾਰਕੀਟ ਦੇ ਵਿੱਚ ਕੀ ਆ ਬਈ, ਹਾਂਜੀ ਇਹਦਾ ਨਹੀਂ ਫਰਕ ਆਉਂਦਾ ਦੱਸਣ ਦੇ ਵਿੱਚ ਤੇ ਇੱਕ ਰੱਖਣ ਵਿੱਚ ਫਰਕ ਆ ਜਾਂਦਾ। ਉਹਦਾ ਕੀ ਰੀਜ਼ਨ ਆ ਬਈ ਦਿਖਾ, ਮੈਂ ਤੁਹਾਨੂੰ ਤੇਜ ਦਿੱਤਾ ਮੇਰੇ ਕੋਲ ਮੰਨ ਲਓ ਪੁਰਾਣਾ ਸਟੋਕ ਪਿਆ, ਤੁਸੀਂ ਤਾਂ ਬਈ ਮੇਰੇ ਕੋਲ ਸਾਈਡ ਤੇ ਬੈਠੇ ਹੋ, ਜਿਹੜੇ ਆਪਣੇ ਇੱਥੇ ਕੰਮ ਮੁੰਡੇ ਕਰ ਰਹੇ ਆ ਉਹ ਜਾ ਕੇ ਬਈ 22-21 ਦੇ ਚੱਕ ਲਿਆ, ਡੇਟ ਅੰਦਰ ਕਰਕੇ ਕਈ ਪਾ ਦਿੰਦੇ ਆ ਕਿਉਂਕਿ ਅਗਲੇ ਦਾ ਸਟੋਕ ਜਿਹੜਾ ਜਮ੍ਹਾਂ ਹੋ ਰਿਹਾ ਉਹ ਘੱਟ ਚ ਨਿਕਲ ਜਾਂਦਾ। ਬਸ ਇਹੀ ਬੈਨੀਫਿਟ ਹੈ ਇਸ ਚੀਜ਼ ਦਾ ਉਹਨਾਂ ਨੂੰ ਕਿ ਕਸਟਮਰ ਨੂੰ ਦੇਖਣਾ ਨੀ ਪੈਂਦਾ, ਰੇਟ ਘੱਟ ਚ ਕੱਢ ਦਿੰਦੇ ਆ। ਠੀਕ ਹੈ, ਉੱਥੇ ਰੇਟ ਦਾ ਫਰਕ ਆਪਾਂ ਨੂੰ ਨਹੀਂ ਆਉਂਦਾ, ਇੱਧਰ ਤਾਂ ਆਪਾਂ ਨੂੰ ਪਤਾ ਨਹੀਂ ਸੀਗਾ ਕਿਉਂਕਿ ਇੱਕ ਤੁਹਾਡਾ ਪੇਜ ਦਾ ਦੇਖ ਕੇ ਆਇਆ ਸੀ ਬੇਸਟ ਰੇਟ ਦਾ ਬਿਲਡ ਤੇ ਉਹ ਅਸੀਂ ਜਾਣਦੇ ਨੇ ਉਹਦਾ ਕੋਲੇ ਮਾਰ ਲਾਣਾ, ਰੇਟ ਦਾ ਫਰਕ ਨਹੀਂ ਹੁੰਦਾ ਇਸ ਵੱਲੋਂ ਫਰਕ ਆਊਗਾ ਤੇ ਉਹ ਨਹੀਂ ਸਾਰੇ ਜਿਹੜੇ ਫਰਕ ਦਾ ਨਹੀਂ ਮੈਂ ਦੇਖਦੇ ਪਿਛਲੇ ਆਲੇ ਤੇ ਉਹਦਾ ਆਪਾਂ ਮੂਰਲੇ ਪਾਉਣੇ ਆ ਮੂਰਲੇ ਫਿਰ ਆਪਾਂ ਨੂੰ ਅਸੀਂ ਸੈਂਸ ਹੀ ਪਾ ਲੈਂਦੇ ਫਿਰ ਕਿਉਂਕਿ ਜੇ ਹੁਣ ਜਿਹੜਾ ਅਸੀਂ ਦੋ ਪਾਉਣਾ ਮੂਰਲੇ ਵੱਡੇ ਪਾਉਣੇ ਪਿੱਛੇ ਛੋਟੇ ਜਿਹੇ ਕੰਮ ਕਰਾਂਗੇ ਜਦੋਂ ਇਹ ਹੀ ਪਾਉਣਾ ਪਊਗਾ ਫਿਰ ਇਹੀ ਮਾਣ ਕਰਨਾ ਰੇਟ ਪਤਾ ਇੱਕ ਵਾਰ ਕਿ ਨਹੀਂ ਹੂੰ ਦੇਖ ਲਓ ਕਿੰਨੇ ਦਾ ਚਿੱਤੀ ਸਾਹਿਬ ਛੋਟੇ ਸਾਈਜ਼ ਦਾ ਇਹ ਬਾਹਰ ਹੋਣਾ ਨਹੀਂ ਲੱਗਦੇ ਨਹੀਂ ਬਾਹਰ ਨਹੀਂ ਬਾਹਰ ਨਹੀਂ ਹੁੰਦਾ ਜਿੰਨੇ ਚਿਰ ਆਪਾਂ ਲਾਈਟ ਨਹੀਂ ਪੁੱਛ ਲਵਾਂ ਗੱਡੀ ਥੋੜੀ ਭਰਨੀ ਲੱਗੂਗੀ ਉਹਨਾਂ ਨਾਲ। ਹੈਲੋ ਵੀਰੇ 64-14 ਦੇ 4G ਲਾਈਫ ਹੋਰ ਕਿੰਨੇ ਦਾ 5G ਆ ਗਿਆ ਹੁਣ ਤਾਂ ਹਨਾ ਆਪਣਾ ਫੌਜੀ ਹੁਣ ਤਾਂ ਬਹੁਤ ਘੈਂਟ ਹੈ ਬਈ ਤੇਰਾ ਪੁਰਾਣੇ ਵਾਲਾ ਹੋ ਜਾਣਾ ਵਰਾਇਟੀ ਤਾਂ ਬਹੁਤ ਆ ਨਾ ਇਹਨਾਂ ਕੁੜੀ ਆਹ ਦੇਖੋ ਐਸ ਜੀ ਵਾਲੀ ਆਹ ਟਾਇਰ ਕਰਤਾ ਡਨ 3500 'ਚ ਇੱਕ ਟਾਇਰ 3500 ਦਾ ਪਿਆ ਮੇਜਰ 4G ਲਾਈਵ ਕਿਹੜੀ ਕੰਪਨੀ ਹੈ ਅਪੋਲੋ ਦਾ ਦੋ ਪਾਉਣੇ ਆ ਕਿਹੜਾ ਦੋ ਬਾਅਦ 'ਚ ਪਾਉਣੇ ਬਾਈ ਉਰੇ ਅਲੋਏ 14-15 ਹੋਣਗੇ ਘੈਂਟ ਆ ਹਨਾ ਯਾਰ ਅਲੋਏ ਉਲੋਏ ਤਾਂ ਦਿੱਲੀ ਫਿਰ ਅਲੋਏ ਕਿਹੜੇ ਪਾਉਣੇ ਆ ਅਲੋਏ ਹਜੇ ਰੁਕੇ ਪਾਉਣੇ ਨਹੀਂ ਉਹ ਫਿਊਚਰ 'ਚ ਉਹ ਲੱਗਦੀ ਵਧੀਆ ਕਿਹੜੇ ਥੱਲੋਂ ਤੀਜੇ ਨੰਬਰ 'ਤੇ ਥੱਲੋਂ ਪਲਾਟ ਉਹ ਲਿਖਿਆ ਪਲਾਟੀ ਉਹ ਜਮ੍ਹਾਂ ਚਮਕਦੇ ਜੇ ਵਾਲੇ ਉਹ ਤੀਜੇ ਨੰਬਰ 'ਤੇ ਇੱਧਰ ਥੱਲੇ ਫੁੱਲ ਜਿਹੜੇ ਉੱਪਰ ਹਾਂ ਉਹ ਪਏ ਜ਼ਿਆਦਾ ਡੰਡੀਆਂ ਆਹਾ ਉੱਧਰ ਹੀ ਦਿਖਾਇਆ ਮੈਨੂੰ ਜ਼ਿਆਦਾ ਡੰਡੀਆਂ ਆਹਾ ਇਹ ਦੂਜੇ ਨੰਬਰ 'ਤੇ ਆ ਤੀਜੇ ਦੇ ਕਿ ਮੈਂ ਫੌਜੀ ਕਹਿੰਦਾ ਮੈਨੂੰ ਆਹ ਸੋਹਣੇ ਲੱਗੇ ਬਈ ਲਾਉਣੇ ਗੱਡੀ ਸਿੱਖ ਲਾ ਪੂਰੀ ਹਲੇ ਹੁਣ ਤਾਂ ਸਿੱਖ ਹੀ ਗਿਆ ਤੂੰ ਡਰਾਈਵਰ ਬਣ ਹੀ ਗਿਆ ਕਿ ਨਹੀਂ ਚਲੋ ਜੀ ਅਲੋਏ ਅਲੋਈ ਆ ਬਾਈ ਹੋਰਾਂ ਕੋਲ ਬਹੁਤ ਘੈਂਟ ਘੈਂਟ ਆ
ਦੇਖੀਏ ਤੂੰ ਓਏ ਆਪਾਂ ਇੱਥੇ ਆਏ ਹਨਾ ਸਾਰੇ ਪਲਾਟੀ ਦੇ ਪਏ ਆ ਪਲਾਟੀ ਜਾਂ ਐਨ 1 ਹਾਂ ਆ ਨੀਓ ਨੀਓ ਦੇ ਮਹਿੰਦਰਾ ਦੇ ਸਪੈਸ਼ਲ ਬਣਿਆ ਮਹਿੰਦਰਾ ਦਾ ਇਹ ਐਂ ਜੀ ਨਹੀਂ ਘੁੱਕਦਾ ਹੁੰਦਾ ਕਿ ਗੱਡੀ 'ਚ ਘੁੱਕਦਾ ਹੁੰਦਾ ਇੱਕ ਐਂ ਜੇ ਚੱਕਰ ਜਿਹਾ ਅੱਛਾ ਚਾਹ ਤਾਂ ਪੀ ਲਾਂਗੇ ਬਾਈ ਆਹ ਪਵਾ ਦੇ ਮੈਂ ਤਾਂ ਕਹਿੰਦਾ ਦਿੱਲੀ ਹੋਏ ਪਰ ਇਹਨਾਂ ਦਾ ਰਿਵਾਜ਼ ਜਿਹਾ ਗਿਆ ਨਾ ਹੋਏ ਆਹਲਿਆਂ ਦਾ ਆਹਲੇ ਇਹ ਤਾਂ ਇਹ ਰਸਟ 'ਚ ਤਾਂ ਪੈਣੇ ਨਹੀਂ ਇਹ ਧੱਕਾ ਹੋ ਜੂ ਰਸਟ 'ਚ ਨਾਲ ਹਾਂ ਹੋਏ ਇਹ ਤਾਂ ਬਲੈਰੋ ਬਲੂਰ ਦੇ ਪਾਏ ਵਧੀਆ ਲੱਗਦੇ ਆ ਆਹ ਵੀ ਠੀਕ ਆ ਓਏ ਆਹ ਤੇਰੇ ਵੱਲ ਆ ਜਾਣਗੇ ਆਹ ਦਿੱਲੀ ਆਹ ਦੇਖ ਵਧੀਆ ਘੈਂਟ ਆ ਚੈਲ ਸਾਹਿਬ ਕਿਵੇਂ ਲੱਗੀ ਡੀਲਿੰਗ ਬਾਈਆਂ ਦੀ ਮੈਂ ਤਾਂ ਪਹਿਲਾਂ ਸਾਰਿਆਂ ਨੂੰ ਬਾਈ ਨੂੰ ਇਹ ਪੁੱਛਣਾ ਚਾਹ ਕਿ ਤੁਹਾਨੂੰ ਲਿਆ ਇਹਨਾਂ ਤੋਂ ਪੀ ਕੇ ਆਣੀ ਬਹੁਤ ਟੇਸਟੀ ਹੈ ਸਰਾ ਲਾਤਾ ਨਾ ਚਾਹ ਲਾਤਾ ਯਾਰ ਘੈਂਟ ਆ ਬਾਕੀ ਅਸੈਸਰੀ ਠੀਕ ਹੈ ਵਧੀਆ ਹੈ ਨਾ ਰੇਟ ਵੀ ਸਹੀ ਹੈ ਯਾਰ ਹੈ ਨਾ ਬਾਕੀ ਸਪੈਸ਼ਲ ਸਪੈਸ਼ਲ ਸਾਰਾ ਕੁਝ ਬਾਕੀ ਪਿਆ ਵੀ ਸਾਰਾ ਯਾਰ ਹਰ ਤਰ੍ਹਾਂ ਦਾ ਡਿਆਣ ਪਿਆ ਨਾ ਸਾਰੀ ਵੈਰਾਈਟੀ ਪਈ ਆ ਚੈੱਕ ਕਰੋ ਬਈ ਭਰਿਆ ਹੋਇਆ ਸ਼ੋਰੂਮ ਅਲੋਏ ਨਾਲ ਅਤੇ ਥੱਲੇ ਟਾਇਰਾਂ ਨਾਲ ਕਿਉਂ ਵੀ ਫੌਜੀ ਸਾਹਿਬ ਫੌਜੀ ਕਹਿੰਦਾ ਪਾਉਣੇ ਤਾਂ ਰਿਮ ਵੀ ਸੀ ਮੈਂ ਠਹਿਰ ਕੇ ਹਾਲੇ ਕਹਿੰਦਾ ਮੈਨੂੰ ਘੱਟ ਆਉਂਦੀ ਹੈ ਚਲਾਉਣੀ ਰਿਮ ਟੁੱਟ ਜੂਗਾ ਅਤੇ ਪਿਛਲੇ ਮੂਹਰਲੇ ਅੱਗੇ ਪਿੱਛੇ ਜਿਹੜੇ ਕਰਨੇ ਸੀ ਤੂੰ ਤੂੰ ਚਲਾ ਹੀ ਲੈਣਾ ਤੂੰ ਦੋ ਟਾਇਰਾਂ 'ਤੇ ਤਾਂ ਗੱਡੀ ਤਾਂ ਹੀ ਦੋ ਪਵਾਏ ਆ ਦੇਖ ਲਾਂਗੇ ਆਪ ਹੀ ਮਾਰ ਲਾਂਗੇ ਪਾਣੀ ਪਾਉਂਦੇ ਆ ਦਿੱਲੀ ਕਾਹਲੀ ਨਾ ਕਰਾਂ ਕਿਉਂ ਵੀ ਉਤਾਰ ਸਿਆ ਕਾਹਲੀ ਬਾਹਲੀ ਕਰਦੇ ਯਾਰ ਫੌਜੀ ਇਸ ਤੇ ਜਦੋਂ ਦਿੱਲੀ ਘਬਰਾਉਣਾ ਹੈ ਔਨਲਾਈਨ ਮੰਗਾਏ ਸੀ ਬਈ ਯਾਰ ਅੱਛਾ ਇਹ ਨਹੀਂ ਪਤਾ ਮਾਡਲ ਦੇ ਵਿੱਚ ਕਿਹੜਾ ਭੇਜ ਦੇ ਅੱਛਾ
ਠੀਕ ਹੈ ਬਈ, ਓਕੇ ਓਕੇ ਬਈ, ਬਹੁਤ ਵਧੀਆ ਕੰਮ ਆ ਬਈ, ਧੰਨਵਾਦ ਬਾਕੀ, ਹਾਂ ਠੀਕ ਆ ਬਈ, ਓਕੇ ਬਈ, ਚਲੋ ਜੀ ਉੱਭਰੋ ਆਓ ਜੀ, ਮੂਹਰਲੇ ਟਾਇਰ ਕਰਾ ਕੇ ਪਿੱਛੇ ਅਤੇ ਨਵੇਂ ਮੂਹਰੇ ਕਰਤੇ, 23 ਦੇ ਦਿਖਾਈ ਸੀ ਨਾ ਬਾਈ ਨੇ, ਅਤੇ ਆਪਾਂ ਨੂੰ 24 ਦੇ ਪਾਏ ਆ, ਵਧੀਆ ਡੀਲਿੰਗ ਸੀ ਬਾਈ ਦੀ, ਠੀਕ ਆ ਬੋਜੀ ਸਾਹਿਬ, ਅਲੋਏ ਬਲੋਏ ਪਾਉਣੇ ਆ, ਇਹ ਵੀ ਦੋ ਹੀ ਪਾਉਣੇ ਆ, ਬਾਕੀ ਕੋਈ ਸ਼ੱਕ ਆ ਪਤਾ ਕਰਕੇ ਫੇਰ ਆਓ, ਤੇ ਕੰਮ ਬਹੁਤ ਵਧੀਆ ਤੇ ਵਧੀਆ ਬੰਦੇ ਨਾਲ ਡੀਲਿੰਗ ਕਰਦੇ ਬਾਈ ਹੋਰੇ, ਤੇ ਆਪਾਂ ਤਾਂ ਪਵਾ ਲਏ ਬਈ ਦੋ ਟਾਇਰ, ਅਗਲੀ ਵਾਰੀ ਆਵਾਂਗੇ ਦੋ ਬਾਅਦ ਚ ਪਵਾ ਕੇ ਲੈ ਕੇ ਜਾਣੇ ਆ ਅਲੋਏ ਤੇ ਟਾਇਰ, ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ, ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਦੇਖਣ ਲਈ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਆ ਜਾ ਫੌਜੀ, ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਬਾਕੀ ਬਾਈ ਤੈਨੂੰ ਆਹ ਬਾਈ ਤਾਂ ਕੈਮਰਾ ਕੀਤਾ, ਇਹਨੂੰ ਵੱਧ ਨੌਲੇਜ ਆ ਬਈ ਕਾਰਾਂ ਕੁਰਾਂ ਦੀ, ਆਪਣੀ ਨਾਗਣੀ ਤੇ ਕਦੋਂ ਵੀਡੀਓ ਬਣਾ ਕੇ ਪਾਈਏ, ਠੀਕ ਹੈ ਬਈ, ਹੁਣ ਫਰਕ ਪਿਆ ਮੈਡਮ, 100 ਫੁੱਟੀ ਰੋਡ ਤੇ ਆ ਬਈ ਇਹਨਾਂ ਦੀ ਸ਼ੋਪ, ਥੋੜੀ ਜਿਹੀ ਦੂਰ ਹੀ ਆ ਬਸ,